ਫਿਰ ਵੀ ਦਾਖਾ ਹਲਕੇ ਬਹੁਤ ਵੱਡੀ ਸਫਲਤਾ ਆਈ। ਮੈਂ ਇਕੱਲੇ ਦਾਖੇ ਨਹੀਂ, ਮੈਂ ਸਾਰੇ ਚਾਰੇ ਹਲਕੇ ਦੇ ਜਿਹੜੇ ਵੋਟਰ ਆ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਵਰਕਰ ਨੇ, ਆਪਣੇ ਵਰਕਰਾਂ ਨੇ ਲੜਾਈ ਲੜੀ ਸਰਕਾਰ ਦੇ ਪੂਰੇ ਪ੍ਰੈਸ਼ਰ ਦੇ ਖਿਲਾਫ, ਅਤੇ ਵੋਟਰਾਂ ਦੇ ਧੰਨਵਾਦ ਕਰਨਾ ਹੈ ਕਿ ਤੁਸੀਂ ਆਪਣਾ ਵੋਟ ਪਾਈ ਸੀ। ਮੈਂ ਤਾਂ ਪੰਜਾਬ ਸਰਕਾਰ ਨੂੰ ਆਹੀ ਬੇਨਤੀ ਕਰਨਾ ਚਾਹੁੰਦਾ, ਜਿਵੇਂ ਮੁੱਖ ਮੰਤਰੀ ਬਾਦਲ ਸਾਹਿਬ ਨੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਸੀ, ਅਸੀਂ ਤਕਰੀਬਨ 100-200 ਕਰੋੜ ਰੁਪਇਆ ਲਾ ਕੇ ਆਪਣੇ ਸੰਗਤਾਂ ਨੂੰ ਆਪਣੇ ਧਰਮ ਜਿੱਥੇ ਜਿੱਥੇ ਆਸਥਾ ਹੈ ਉੱਥੇ ਜਾਣ ਦਾ ਸਾਰਾ ਖਰਚਾ ਚੱਲਦੇ ਸੀ। ਹੁਣ ਜਿਹੜੀ $20 ਲਾਈ ਹੈ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਜਾਣ ਵਾਲਾ ਉੱਥੇ ਜਾਣ ਵਾਸਤੇ ਫੀਸ ਲਈ ਹੈ, ਪੰਜਾਬ ਸਰਕਾਰ ਨੂੰ ਜਿਵੇਂ ਬਾਦਲ ਸਾਹਿਬ ਤੀਰਥ ਯਾਤਰਾ ਪ੍ਰੋਗਰਾਮ ਰੱਖਿਆ ਸੀ ਉਵੇਂ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ। ਆਹ ਸਵਾਲ ਕੋਈ ਸਾਈਜ਼ ਦਾ ਨਹੀਂ ਹੈ, ਆਹ ਸਵਾਲ ਸਾਈਜ਼ ਦਾ ਨਹੀਂ, ਆਹ ਸਵਾਲ ਇਕੱਠੇ ਮਨਾਉਣ ਦਾ, ਆਹ ਸਵਾਲ ਆਪਣੀ ਕਿਸਮਤ ਵਿੱਚ ਪਹਿਲੀ ਵਾਰ ਮੌਕਾ ਮਿਲਿਆ ਆਪਣੀ ਜ਼ਿੰਦਗੀ 'ਚ, ਐਡਾ ਸ਼ੁਭ ਦਿਹਾੜਾ ਆਇਆ। ਆਪਾਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਾਬੰਦ ਹੈ। ਸੋ ਮੈਂ ਤਾਂ ਬੇਨਤੀ ਕਰਾਂਗਾ ਕਾਂਗਰਸ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ ਜਿਵੇਂ ਇਸ ਦਾ ਅਕਾਲ ਤਖਤ ਸਾਹਿਬ ਦਾ ਹੁਕਮ ਹੋਏ ਆਪਾਂ ਸਾਰਿਆਂ ਨੂੰ ਪ੍ਰੋਗਰਾਮ ਹੈ ਉਹਦੇ ਵਾਸਤੇ ਸੱਦਾ ਆਇਆ ਤੁਹਾਨੂੰ ਜਿਹੜਾ ਕਰਤਾਰਪੁਰ ਕੋਰੀਡੋਰ ਦਾ ਡੇਰਾ ਬਾਬਾ ਨਾਨਕ ਦੇ ਵਿੱਚ, ਹਾਂਜੀ ਉਹਦੇ ਵਾਸਤੇ ਕੋਈ ਇਨਵੀਟੇਸ਼ਨ ਸਰਕਾਰ ਵੱਲੋਂ ਸੈਂਟਰ ਸਰਕਾਰ ਤਰਫੋਂ ਆਇਆ?